ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਸਵਾਗਤ ਹੈ ਅੱਜ ਦਾ ਵਿਸ਼ਾ ਹੈ ਹੋਮੀਓਪੈਥੀ ਬਾਰੇ ਲੋਕਾਂ ਦੇ ਮਨਾਂ ਵਿੱਚ ਪਏ ਭਰਮ ਭੁਲੇਖਿਆਂ ਬਾਰੇ ਸਭ ਤੋਂ ਵੱਡਾ ਭੁਲੇਖਾ ਲੋਕਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਹੋਮੀਓਪੈਥੀ ਬਹੁਤ ਦੇਰ ਨਾਲ ਅਸਰ ਕਰਦੀ ਹੈ ਅਗਰ ਕਿਸੇ ਨੂੰ ਉਲਟੀਆਂ ਲੱਗੀਆਂ ਕਿਸੇ ਨੂੰ ਦਸਤ ਲੱਗੇ ਆ ਤੇ ਉਹਨੂੰ ਅਸੀਂ ਕਹੀਏ ਕਿ ਉਹ ਤਿੰਨ ਮਹੀਨੇ ਬਾਅਦ ਠੀਕ ਹੋਏਗਾ ਜਾਂ ਤਿੰਨ ਮਹੀਨੇ ਵਿੱਚ ਠੀਕ ਹੋਏਗਾ ਤਾਂ ਕਿ ਕੋਈ ਇਲਾਜ ਕਰਵਾਏਗਾ ਅਗਰ ਦਵਾਈ ਸਹੀ ਢੰਗ ਨਾਲ ਚੋਣੀ ਜਾਈ ਹੋਵੇ ਤਾਂ ਉਹ ਕੁਝ ਸੈਕੰਡਾਂ ਵਿੱਚ ਹੀ ਆਪਣਾ ਅਸਰ ਵਿਖਾ ਦਿੰਦੀ ਹੈ ਅਤੇ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ ਇਸ ਕਰਕੇ ਇਹ ਮਿਥ ਹੈ ਕਿ ਹੋਮਿਓਪੈਥੀ ਦੇਰ ਨਾਲ ਅਸਰ ਕਰਦੀ ਹੈ ਹਾਂ ਕੁਝ ਮਰ ਦੇ ਹੱਦ ਹੈਗੇ ਨੇ ਕੁਝ ਬਿਮਾਰੀਆਂ ਇਹੋ ਜੀਆਂ ਹੈਗੀਆਂ ਨੇ ਜਿਨ੍ਹਾਂ ਵਿੱਚ ਵਕਤ ਲੱਗ ਸਕਦਾ ਹੈ ਠੀਕ ਹੋਣ ਵਾਸਤੇ ਲੇਕਿਨ ਹਰ ਬਿਮਾਰੀ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਇਹ ਵੀ ਕੋਰਾ ਵਹਿਮ ਹੈ ਕਿ ਜੇ ਤੁਹਾਨੂੰ ਕੋਈ ਹੋਮਿਓਪੈਥੀ ਇਲਾਜ ਕਰਵਾ ਰਿਹਾ ਹੋਵੇ ਤਾਂ ਤੁਹਾਨੂੰ ਕੱਚਾ ਲਸਣ ਪਿਆਜ਼ ਨਹੀਂ ਖਾਣਾ ਚਾਹੀਦਾ ਤੇ ਕੋਈ ਖੁਸ਼ਬੂ ਵਾਲੀ ਚੀਜ਼ ਨਹੀਂ ਵਰਤਣੀ ਚਾਹੀਦੀ ਅਸਲ ਵਿੱਚ ਹੋਮਿਓਪੈਥੀ ਦਵਾਈ ਜਿਹੜੀ ਆ ਉਹ ਕਿਸੇ 스멜 ਵਾਲੀ ਚੀਜ਼ ਨਾਲ ਖੁਸ਼ਬੂ ਵਾਲੀ ਚੀਜ਼ ਨਾਲ ਪ੍ਰਭਾਵਿਤ ਤਾਂ ਜ਼ਰੂਰ ਹੁੰਦੀ ਹੈ ਪਰ ਇਹ ਨਹੀਂ ਕਿ ਇਲਾਜ ਦੇ ਦੌਰਾਨ ਤੁਸੀਂ ਲਸਣ ਪਿਆਜ਼ ਖਾ ਹੀ ਨਹੀਂ ਸਕਦੇ ਅਸਲ ਵਿੱਚ ਕੋਈ ਵੀ ਹੋਮਿਓਪੈਥਿਕ ਦਵਾਈ ਕੁਝ ਮਿੰਟਾਂ ਸਕਿੰਟਾਂ ਵਿੱਚ ਹੀ ਆਪਣਾ ਅਸਰ ਕਰ ਦਿੰਦੀ ਹੈ ਉਹ ਜੀਬ ਤੇ ਪਾਉਂਦੇ ਆਂ ਜਾਂ ਅਗਰ ਗੋਲੀਆਂ ਵਿੱਚ ਵੀ ਕੋਈ ਖਾਂਦਾ ਤਾਂ ਉਹ ਖਾਂਦੇ ਆਂ ਹੀ ਆਪਣਾ ਅਸਰ ਸ਼ੁਰੂ ਕਰ ਦਿੰਦੀ ਹੈ ਇਸ ਕਰਕੇ ਦਵਾਈ ਖਾਣ ਤੋਂ 15-20 ਮਿੰਟ ਪਹਿਲਾਂ ਤੇ 15-20 ਮਿੰਟ ਬਾਅਦ ਚ ਕੁਝ ਵੀ ਨਹੀਂ ਖਾਣਾ ਚਾਹੀਦਾ ਸਾਡਾ ਮੂੰਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਅੰਦਰੋਂ ਤਾਂ ਕਿ ਕੋਈ 스ਮੈਲ ਵਾਲੀ ਚੀਜ਼ ਦਾ ਅਸਰ ਹੋਮੋਪੈਥੀ ਦਵਾਈ ਦੇ ਉੱਤੇ ਨਾ ਪਵੇ ਤੇ ਆਪਣਾ ਪੂਰਾ ਪ੍ਰਭਾਵ ਵਿਖਾ ਸਕੇ